ਦੇਸ਼ ਤੇ ਆਈ ਕੋਰੋਨਾ ਵਰਗੀ ਮੁਸ਼ਕਿਲ ਘੜੀ ਚ ਹਰ ਵਿਭਾਗ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਸੁਲਤਾਨਪੁਰ ਲੋਧੀ ਚ ਬਲਾਕ ਪੰਚਾਇਤ ਅਤੇ ਖੇਤੀਬਾੜੀ ਵਿਭਾਗ ਨੇ ਪਿੰਡਾਂ ਨੂੰ ਸੈਨੇਟਾਈਜ਼ ਕਰਨ ਲਈ ਸਪਰੇਅ ਕੀਤੀ। ਇਸ ਕੰਮ ਦੀ ਸ਼ੁਰੂਆਤ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਪਣੇ ਪਿੰਡ ਬੁੱਸੋਵਾਲ ਤੋਂ ਕਰਵਾਈ। ਅੱਜ ਜਿਹੜਾ ਨਾ ਸਾਰੇ ਪਿੰਡਾਂ ਦੇ ਵਿੱਚ ਹੀ ਸ਼ੁਰੂਆਤ ਕੀਤੀ ਆ ਸਰਕਾਰ ਵੱਲੋਂ ਸੈਨੇਟਾਈਜ਼ ਕਰਨ ਦੀ, ਪਿੰਡਾਂ ਨੂੰ ਸਪਰੇਅ ਕਰਨ ਦੀ, ਜਿਹਦੇ 'ਚ ਹਰ ਪਿੰਡ ਨੂੰ ਉਹਦੀ ਆਬਾਦੀ ਦੇ ਹਿਸਾਬ ਦੇ ਨਾਲ ਉਹ ਮੈਡ ਦਵਾਈ ਦਿੱਤੀ ਜਾਂਦੀ ਆ। ਉਹ 25 ਲੀਟਰ ਪਾਣੀ ਦੇ ਵਿੱਚ ਮਿਕਸ ਕਰਕੇ ਸਪਰੇਅ ਜਿਹੜੀ ਆ ਉਹ ਹਰ ਪਿੰਡ ਦੇ ਵਿੱਚ ਤਕਰੀਬਨ ਕੋਸ਼ਿਸ਼ ਆ ਸਾਡੀ ਵੀ 2 ਦਿਨ 'ਚ ਸਾਰੇ ਏਰੀਏ ਦਾ ਜਿੰਨਾ 250-300 ਪਿੰਡ ਆ ਸਾਰੇ ਸਪਰੇਅ ਹੋ ਜੂਗੀ, ਕਾਫੀ ਪਿੰਡਾਂ 'ਚ ਹੋ ਵੀ ਗਈ ਆ। ਇਸੇ ਤਰ੍ਹਾਂ ਜ਼ਿਲ੍ਹਾ ਸੰਗਰੂਰ ਦੇ ਦਿੜਬਾ ਨੂੰ ਨਗਰ ਪੰਚਾਇਤ ਵੱਲੋਂ ਇਸ ਵਾਇਰਸ ਤੋਂ ਬਚਾਉਣ ਲਈ ਸੋਡੀਅਮ ਹਾਈਪੋਕਲੋਰਾਈਡ ਦੇ ਨਾਲ ਸੈਨੇਟਾਈਜ਼ ਕੀਤਾ ਗਿਆ। ਇਸ ਦੇ ਨਾਲ ਹੀ ਕਾਰਜ ਸਾਧਕ ਅਧਿਕਾਰੀ ਚੰਦਰ ਪ੍ਰਕਾਸ਼ ਨੇ ਪੂਰੇ ਇਲਾਕੇ ਦੀ ਸਾਫ਼ ਸਫਾਈ ਕਰਵਾਈ। ਅਸੀਂ ਤਕਰੀਬਨ ਸਾਰਾ ਦਿੜਬਾ ਹੀ ਸੈਨੇਟਾਈਜ਼ ਕਰਤਾ, ਸਾਰਿਆਂ ਦੇ ਮਤਲਬ ਹਰਬਲ ਸੈਨੇਟਾਈਜ਼ਰ ਨਾਲ ਅਸੀਂ ਸਪਰੇਅ ਕਰਤੀ। ਜਿਹੜੀ ਸੋਡੀਅਮ ਹਾਈਪੋਕਲੋਰਾਈਡ ਹੈ, ਜਿਹੜੀ ਇਹਦੇ ਵਿੱਚ ਸਪੈਸੀਫਿਕ ਦਵਾਈ ਹੈਗੀ, ਉਹਦੇ ਨਾਲ ਸਾਰਾ ਦਿੜਬਾ ਕਵਰ ਕਰਤਾ। ਈਵਨ ਗੁਰਦੁਆਰਾ ਸਾਹਿਬ, ਮੰਦਰ, ਝੁੱਗੀਆਂ ਝੋਂਪੜੀਆਂ ਥਾਵਾਂ, ਈਵਨ ਅੱਜ ਹੋਸਪਿਟਲ ਦੀ ਵੀ ਪੂਰੀ ਸਫਾਈ ਕੀਤੀ ਆ। ਅਸੀਂ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਆਪਣੇ ਘਰਾਂ 'ਚ ਹੀ ਰਹਿਣ, ਕਿ ਅਸੀਂ ਤਾਂ ਦੇਖੋ ਉਹਨਾਂ ਵਾਸਤੇ ਕੰਮ ਕਰ ਰਹੇ ਹਾਂ, ਉਹ ਆਪਣੇ ਘਰਾਂ 'ਚ ਰਹਿਣ ਸਾਡੇ ਲਈ ਇਹੀ ਬਹੁਤ ਵੱਡੀ ਗੱਲ ਹੈਗੀ। ਇਹ 7 ਵਜੇ ਕਮੇਟੀ ਦੇ ਵਿੱਚ ਹਾਜ਼ਰ ਹੋ ਗਏ ਸੀ ਕਿ ਪ੍ਰਧਾਨ ਜੀ ਦੱਸੋ ਅਸੀਂ ਕਿਹੜੇ ਵਾਰਡ ਸਾਡੀਆਂ ਡਿਊਟੀਆਂ ਲਾਈਆਂ ਨੇ। ਅੱਜ ਸਾਡਾ ਮੇਰਾ ਮਨ ਇੰਨਾ ਖੁਸ਼ ਹੋਇਆ ਵੀ ਦੇਖੋ ਇਹਨਾਂ ਨੂੰ ਵੀ ਪਬਲਿਕ ਦੀ ਅਤੇ ਆਪਦੇ ਦਿੜਵੇ ਦੀ ਇੰਨੀ ਬੜੀ ਸੋਚ ਹੈ ਵੀ ਇਕੱਲੇ ਇਕੱਲੇ ਵੜ ਜਾ ਕੇ ਅਸੀਂ ਸਫਾਈ ਦੀ ਮੁਹਿੰਮ ਚਲਾਈ ਹੈ। ਉਧਰ ਜ਼ਿਲ੍ਹਾ ਫਾਜ਼ਿਲਕਾ ਦੇ SSP ਹਰਜੀਤ ਸਿੰਘ ਵੱਲੋਂ ਇਸ ਕਰਫਿਊ ਦੌਰਾਨ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਇੱਕ ਨੰਬਰ ਜਾਰੀ ਕੀਤਾ ਗਿਆ, ਜਿਸ ਤੇ ਸੰਪਰਕ ਕਰਕੇ ਕੋਈ ਵੀ ਵਿਅਕਤੀ ਮੈਡੀਕਲ ਸੁਵਿਧਾ ਅਤੇ ਖਾਣ ਪੀਣ ਦੀ ਮੁਸ਼ਕਿਲ ਹੱਲ ਕਰਵਾ ਸਕਦਾ ਹੈ। ਅਬੋਹਰ ਦੇ ਵਿੱਚ 32 ਦੇ ਕਰੀਬ ਵਾਰਡ ਹੈਗੇ ਆ, ਔਰ ਹਰ ਇੱਕ ਵਾਰਡ ਮੁਤਾਬਕ ਅਸੀਂ ਜਿਹੜੀ ਫੈਰੀ ਸਰਵਿਸ ਯਾਨੀ ਰੇਹੜੀਆਂ ਦੀ ਸਰਵਿਸ ਉੱਥੇ ਚਾਲੂ ਕੀਤੀ ਹੈ ਤਾਂ ਕਿ ਲੋਕਾਂ ਨੂੰ ਡੋਰ ਟੂ ਡੋਰ ਸਬਜ਼ੀਆਂ ਅਤੇ ਫਲ ਫਰੂਟ ਮਿਲ ਸਕਣ। ਅਲੱਗ ਅਲੱਗ ਟਾਈਮ 'ਤੇ, ਅਲੱਗ ਅਲੱਗ ਦਿਨਾਂ 'ਤੇ ਅਲੱਗ ਅਲੱਗ ਕਿਸਮ ਦੀਆਂ ਦੁਕਾਨਾਂ ਨੂੰ ਢਿੱਲ ਦਿੱਤੀ ਗਈ ਹੈ, ਔਰ ਇਹ ਇਨਸ਼ੋਰ ਕੀਤਾ ਜਾਂਦਾ ਹੈ ਕਿ ਰੋਜ਼ਾਨਾ ਜਿਹੜੀ ਹੈਗੀ ਅਖਬਾਰ ਦੀ ਵੀ ਵਿਕਰੀ ਜ਼ਰੂਰ ਹੋਵੇ ਤਾਂ ਕਿ ਲੋਕਾਂ ਨੂੰ ਨਿਊਜ਼ ਦੇ ਬਾਰੇ 'ਚ ਜ਼ਰੂਰ ਜਾਣਕਾਰੀ। ਇਸ ਤੋਂ ਇਲਾਵਾ ਜੇਕਰ ਕੋਈ ਗਰੀਬ ਵਿਅਕਤੀ ਹੈ ਔਰ ਉਸਨੂੰ ਜੇ ਕੋਈ ਦਿਹਾੜੀਦਾਰ ਵਿਅਕਤੀ ਹੈ ਜਿਹੜਾ ਕਿ ਡੇਲੀ ਲੇਬਰ ਕਰਦਾ ਹੈ ਔਰ ਉਸਨੂੰ ਆਪਣੀ ਰੋਟੀ ਜਿਹੜੀ ਹੈ ਰੋਜ਼ਾਨਾ ਦਾ ਖਾਣਾ ਜਿਹੜਾ ਹੈ ਉਹ ਮੁਹੱਈਆ ਨਹੀਂ ਹੁੰਦਾ ਤਾਂ ਉਹ ਵੀ 112 ਨੰਬਰ 'ਤੇ ਕਾਲ ਕਰਕੇ ਸਾਨੂੰ ਸੂਚਨਾ ਦੇ ਸਕਦਾ ਹੈ। ਤਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੈ ਉਹਦੇ ਨਾਲ ਪੁਲਿਸ ਕੰਟੈਕਟ ਕਰੇਗੀ ਅਤੇ ਉਸ ਵਿਅਕਤੀ ਦੇ ਘਰ ਘੱਟੋ ਘੱਟ 1 ਦਿਨ ਦੇ ਵਿੱਚ 1 ਵਾਰ ਜ਼ਰੂਰ ਉਹਨੂੰ ਖਾਣਾ ਪਹੁੰਚਾਇਆ ਜਾਵੇ। ਕੋਰੋਨਾ ਵਾਇਰਸ ਤੋਂ ਬਚਾਅ ਲਈ ਬਾਬਾ ਮਹਿਤਾ ਕਾਲੂ ਸੇਵਾ ਸੁਸਾਇਟੀ ਵੱਲੋਂ SDM ਦਫ਼ਤਰ ਖਡੂਰ ਸਾਹਿਬ ਵਿਖੇ ਸੈਨੇਟਾਈਜ਼ਰ ਦੀ ਸਪਰੇਅ ਕਰਵਾਈ ਗਈ। ਪ੍ਰਧਾਨ ਜਗਬੀਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਲੋਕਾਂ ਨੂੰ ਰਾਸ਼ਨ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਸਮੂਹ ਹੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਵੀ ਪ੍ਰਸ਼ਾਸਨ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਚੱਲੋ। ਜੇ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਘਰਾਂ ਦੇ ਵਿੱਚ ਰਹੋ ਅਤੇ ਘਰਾਂ ਦੇ ਵਿੱਚ ਰਹਿ ਕੇ ਹੀ ਆਪਣਾ ਜਿਹੜਾ ਸਮਾਂ ਟਾਈਮ ਪਾਸ ਕਰੋ। ਜ਼ਰੂਰੀ ਵਸਤੂਆਂ ਜਿਹੜੀਆਂ ਘਰਾਂ 'ਚੋਂ ਹੀ ਆਪਾਂ ਵਰਤੀਏ। ਦੂਸਰਾ, ਜਿਹੜੀ ਸਾਡੀ ਸੇਵਾ ਲੱਗੀ ਹੈ ਸੁਸਾਇਟੀ ਵੱਲੋਂ ਕਿ ਥਾਂ ਥਾਂ ਜਿੱਥੇ ਕੋਈ ਲੋੜਵੰਦ ਜਿਹਨਾਂ ਨੂੰ ਰਾਸ਼ਨ ਪਹੁੰਚਾਉਣਾ ਜਾਂ ਆਫਿਸ ਜਿਹੜੇ ਆ ਜਾਂ ਜਿਹੜੇ ਗਰੀਬ ਹੈਗੇ ਆ ਘਰ ਉਹਨਾਂ ਨੂੰ ਸੈਨੇਟਾਈਜ਼ ਕਰਨਾ। ਸਵੇਰਾ ਟਾਈਮਸ ਲਈ ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ, ਦਿੜਬਾ ਤੋਂ ਵਿਨੋਦ ਗੋਇਲ, ਫਾਜ਼ਿਲਕਾ ਤੋਂ ਰਣਜੀਤ ਸਿੰਘ, ਖਡੂਰ ਸਾਹਿਬ ਤੋਂ ਰਵੀ ਖਹਿਰਾ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।